ਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ। ਜਿਵੇਂ ਕਿ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਸੀ ਵੀ ਕੱਲ ਪੰਜਾਬ ਬੰਦ ਰਹੇਗਾ, ਪਰ ਤੁਹਾਨੂੰ ਇੱਕ ਵੱਡੀ ਅਪਡੇਟ ਦੱਸ ਦਈਏ ਵੀ ਹੁਣ ਉਹਨਾਂ ਦੀ ਕੱਲ ਦੇ ਦਿਨ ਚੰਡੀਗੜ੍ਹ 'ਚ 3 ਵਜੇ ਜੋ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਣ ਜਾ ਰਹੀ ਹੈ, ਇਸ ਕਰਕੇ ਉਹਨਾਂ ਨੇ ਕਹਿ ਦਿੱਤਾ ਵੀ ਹੁਣ ਕੱਲ੍ਹ ਨੂੰ ਪੰਜਾਬ ਬੰਦ ਨਹੀਂ ਰਹੇਗਾ। ਪਰ ਅਗਰ ਉਹਨਾਂ ਦੀ ਗੱਲਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਜ਼ਰੂਰ ਅਗਲੀ ਕਾਲ ਉਸ ਤੋਂ ਬਾਅਦ ਉਹ ਦੇ ਸਕਦੇ ਆ, ਪਰ ਕੱਲ੍ਹ ਦੇ ਦਿਨ ਪੰਜਾਬ ਨਹੀਂ ਬੰਦ ਰਹੇਗਾ। ਜਿਵੇਂ ਕਿ ਤੁਹਾਨੂੰ ਪਤਾ ਹੀ ਆ ਲੁਧਿਆਣਾ ਜਲੰਧਰ ਹਾਈਵੇ ਜੋ ਹੈ ਰੋਡ ਜਾਮ ਕੀਤਾ ਹੋਇਆ, ਗੰਨੇ ਦਾ ਲਾਗਤ ਮੂਲ ਨੂੰ ਲੈ ਕੇ ਜੋ ਹੈ ਅੰਦੋਲਨ ਚੱਲ ਰਿਹਾ ਹੈ। ਤੁਹਾਨੂੰ ਦੱਸ ਦਈਏ ਵੀ ਕਾਫੀ ਦੇਰ ਦਾ ਮਤਲਬ ਇਹ ਗੱਲ ਕਰਦੀ ਹੈ, ਕਾਫੀ ਦਿਨਾਂ ਦਾ ਇਹ ਅੰਦੋਲਨ ਚੱਲ ਰਿਹਾ ਹੈ। ਅਤੇ ਇਹ ਵੀ ਗੱਲ ਦੱਸ ਦਈਏ ਵੀ ਉਹਨਾਂ ਨੇ ਜੋ ਅੱਜ ਮੀਟਿੰਗ ਹੋਈ ਸੀ, ਜਲੰਧਰ ਵਿੱਚ ਮੀਟਿੰਗ ਹੁੰਦੀ ਹੈ, ਖੇਤੀਬਾੜੀ ਮਾਹਿਰਾਂ ਨਾਲ ਇਹ ਮੀਟਿੰਗ ਹੁੰਦੀ ਹੈ, ਪਰ ਉਸਦਾ ਕੋਈ ਵੀ ਸਿੱਟਾ ਨਹੀਂ ਨਿਕਲਦਾ। ਉਸ ਤੋਂ ਬਾਅਦ ਕੱਲ੍ਹ ਨੂੰ ਮੀਟਿੰਗ ਹੋਣ ਜਾ ਰਹੀ ਹੈ, ਹੁਣ ਕੈਪਟਨ ਅਮਰਿੰਦਰ ਸਿੰਘ ਨਾਲ ਵੱਡੀ ਮੀਟਿੰਗ ਹੋਣ ਜਾ ਰਹੀ ਹੈ। ਅਤੇ ਉਹਨਾਂ ਨੇ ਜੋ ਅੱਜ ਕੈਲਕੂਲੇਸ਼ਨ ਲਾਈ ਸੀ, ਕਿਸਾਨ ਅੱਜ ਕੈਲਕੂਲੇਸ਼ਨ ਲੈ ਕੇ ਆਏ ਸੀ ਵੀ ਉਹਨਾਂ ਦਾ 470 ਜੋ ਹੈ ਕੋਸਟ ਆਫ ਪ੍ਰੋਡਕਸ਼ਨ ਆਉਂਦੀ ਹੈ, ਜੋ ਗੰਨੇ ਦੀ ਕੋਸਟ ਆਫ ਪ੍ਰੋਡਕਸ਼ਨ ਹੈ ਉਹ 470 ਆਉਂਦੀ ਹੈ। ਪਰ ਜੋ ਮਾਹਿਰਾਂ ਨੇ ਗੱਲ ਕਹੀ ਸੀ, ਉਹਨਾਂ ਨੇ ਕਿਹਾ ਸੀ ਵੀ 345 ਹੈ ਜਿਹੜੀ ਤੁਹਾਡੀ ਕੋਸਟ ਆਫ ਪ੍ਰੋਡਕਸ਼ਨ ਆਉਂਦੀ ਹੈ। ਅਤੇ ਤੁਹਾਨੂੰ ਇਹ ਵੀ ਗੱਲ ਦੱਸ ਦਈਏ ਜੇ 3 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਕੋਸਟ ਆਫ ਪ੍ਰੋਡਕਸ਼ਨ 343 ਸੀਗੀ। ਸੋ ਇੰਨੇ ਗੱਲ 3 ਸਾਲਾਂ 'ਚ ਸਿਰਫ 2 ਰੁਪਏ ਹੀ ਇਹਨਾਂ ਨੇ ਕੋਸਟ ਆਫ ਪ੍ਰੋਡਕਸ਼ਨ ਵਧਾਈ ਹੈ। ਜਿਸ 'ਤੇ ਕਿਸਾਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਮਹਿੰਗਾਈ ਕਿੰਨੀ ਕੁ ਵੱਧ ਚੁੱਕੀ ਆ, ਅਤੇ ਅਸੀਂ ਪ੍ਰੋਪਰਲੀ ਕੈਲਕੂਲੇਸ਼ਨ ਨਾਲ ਉਹਨਾਂ ਨੂੰ ਦਿਖਾਈ ਜ਼ਰੂਰ, ਉਹਨਾਂ ਨੇ ਸਾਡੀ ਗੱਲ ਵੀ ਸੁਣੀ। ਉਸ ਤੋਂ ਬਾਅਦ ਹੁਣ ਕੱਲ੍ਹ ਮੀਟਿੰਗ ਹੋਣ ਜਾ ਰਹੀ ਹੈ, ਮੀਟਿੰਗ ਦੇ ਵਿੱਚ ਦੇਖਦੇ ਹਾਂ ਵੀ ਕੀ ਸਿੱਟਾ ਨਿਕਲਦਾ। ਕਾਫੀ ਚਿਰ ਤੋਂ ਜਿਵੇਂ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਜ਼ਰੂਰ ਕੱਲ੍ਹ ਪੰਜਾਬ ਬੰਦ ਨਹੀਂ ਰਹੇਗਾ, ਪਰ ਜੋ ਦਿੱਲੀ ਮਾਫ਼ ਕਰਨਾ ਜੀ ਜੋ ਲੁਧਿਆਣਾ ਜਲੰਧਰ ਹਾਈਵੇ ਜਾਮ ਕੀਤਾ ਹੋਇਆ ਉੱਦਾਂ ਹੀ ਜਾਮ ਰਹੇਗਾ, ਅਤੇ ਰੇਲ ਲੋਕੋ ਅੰਦੋਲਨ ਵੀ ਜਿੱਦਾਂ ਚੱਲ ਰਿਹਾ ਉੱਦਾਂ ਹੀ ਚੱਲਦਾ ਰਹੇਗਾ, ਪਰ ਪੰਜਾਬ ਕੱਲ੍ਹ ਬੰਦ ਨਹੀਂ ਰਹੇਗਾ। ਕਾਫੀ ਲੋਕ ਪੁੱਛ ਵੀ ਰਹੇ ਸੀ ਵੀ ਕੀ ਕੱਲ੍ਹ ਪੰਜਾਬ ਬੰਦ ਹੋਏਗਾ ਕਿ ਨਹੀਂ ਬੰਦ ਹੋਏਗਾ, ਪਰ ਪੰਜਾਬ ਦੀ ਇਹ ਗੱਲ ਕਹਿ ਦਿੱਤੀ ਹੈ ਵੀ ਕੱਲ੍ਹ ਬੰਦ ਨਹੀਂ ਹੋਏਗਾ। ਪਰ ਕੱਲ੍ਹ ਚੰਡੀਗੜ੍ਹ ਵਿਖੇ ਜੋ ਮੀਟਿੰਗ ਹੋਣ ਜਾ ਰਹੀ ਹੈ, ਜੇ ਉਸਦਾ ਕੋਈ ਸਿੱਟਾ ਨਹੀਂ ਨਿਕਲਦਾ, ਜੇ ਸਿੱਟਾ ਨਹੀਂ ਨਿਕਲਦਾ ਉਸ ਤੋਂ ਬਾਅਦ ਵੱਡੀ ਅਪਡੇਸ਼ਨ ਆ ਸਕਦੀ ਹੈ। ਅਤੇ ਇਹ ਵੀ ਗੱਲ ਕਹੀ ਜਾ ਰਹੀ ਹੈ ਵੀ ਕੱਲ੍ਹ ਕਿਸਾਨ ਜੋ ਆਗੂ ਨੇ ਉੱਥੇ ਜਾਣਗੇ, ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਨਗੇ। ਅੱਜ ਖੇਤੀਬਾੜੀ ਮਾਹਿਰਾਂ ਨਾਲ ਉਹਨਾਂ ਦੀ ਮੀਟਿੰਗ ਹੋਈ ਸੀ, ਸਰਕਾਰੀ ਮੀਟਿੰਗ ਜੋ ਅੱਜ ਜਲੰਧਰ ਵਿੱਚ ਹੋਈ ਸੀ, ਉਸਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ। ਇਸ ਤੋਂ ਪਹਿਲਾਂ ਵੀ ਕਾਫੀ ਮੀਟਿੰਗਸ ਹੋ ਚੁੱਕੀਆਂ ਹੈ, ਉਸਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ, ਪਰ ਕੱਲ੍ਹ ਉਹਨਾਂ ਨੇ ਇਹ ਵੀ ਗੱਲ ਕਹੀ ਹੈ, ਕਿਸਾਨ ਆਗੂ ਨੇ ਇਹ ਗੱਲ ਕਹੀ ਹੈ ਵੀ ਕੱਲ੍ਹ ਕੋਈ ਨਾ ਕੋਈ ਸਿੱਟਾ ਜ਼ਰੂਰ ਨਿਕਲ ਜਾਏਗਾ। ਇਸ 'ਤੇ ਹੁਣ ਮਨਜੀਤ ਰਾਏ ਨੇ ਕੀ ਗੱਲਬਾਤ ਪ੍ਰੈਸ ਨਾਲ ਕੀਤੀ ਹੈ ਉਹ ਤੁਸੀਂ ਵੀ ਸੁਣੋ। ਕਿਸਾਨਾਂ ਦੀ ਔਰ ਗੰਨਾ ਮਹਾਰਾ ਦੀ ਮੀਟਿੰਗ ਖਤਮ ਹੋਈ ਆ, ਰਾਏ ਸਾਹਿਬ ਕੀ ਅੰਦਰ ਡਿਸਕਸ ਹੋਇਆ, ਕੀ ਕੁਝ ਵਿਚਾਰਾਂ ਹੋਈਆਂ ਨੇ, ਕੀ ਗੱਲਾਂ ਹੋਈਆਂ? ਅੱਜ ਜਿਹੜੇ ਸਾਡੇ ਨਾਲ ਗੰਨਾ ਮਹਾਰ ਆਏ ਸਨ, ਸਾਡੇ ਨਾਲ ਅੱਜ ਜਿਹੜੇ ਸਰਕਾਰ ਵੱਲੋਂ ਜਿਹੜੇ ਖੇਤੀਬਾੜੀ ਮਹਾਰ ਆਏ ਸਨ, ਖੇਤੀਬਾੜੀ ਮਹਾਰਾਂ ਦੇ ਨਾਲ ਕਾਫੀ ਦੇਰ ਚਰਚਾ ਚੱਲੀ, ਬਹੁਤਾ ਦੇਰ ਚਰਚਾ ਤੋਂ ਬਾਅਦ, ਕਿਉਂਕਿ ਜਿਹੜੇ ਖੇਤੀਬਾੜੀ ਮਹਾਰ ਹੈ ਉਹਨਾਂ ਨੇ ਆਲਰੇਡੀ ਇਹ ਗੱਲ ਸਾਨੂੰ ਸਾਬਤ ਕੀਤੀ ਵੀ ਅਸੀਂ ਜਿਹੜਾ 350 ਰੁਪਇਆ ਕੋਸਟ ਹੈ, ਅਸੀਂ ਉਹਨਾਂ ਨੂੰ ਕਿਹਾ ਕਿ ਸਾਡੀ ਜਿਹੜੀ ਕੋਸਟ ਅਸੀਂ ਬਣਾ ਕੇ ਲਿਆਏ ਹਾਂ ਕੋਸਟ ਆਫ ਪ੍ਰੋਡਕਸ਼ਨ ਉਹ 470 ਰੁਪਏ, ਉਹ 470 ਰੁਪਏ ਦੇ ਮੁਤਾਬਕ ਅਸੀਂ ਉਹਨਾਂ ਨੂੰ ਆਪਣਾ ਦੱਸਿਆ, ਕਿਉਂਕਿ ਅਸੀਂ ਅੱਗੇ ਕੋਸਟ ਆਫ ਪ੍ਰੋਡਕਸ਼ਨ ਨਹੀਂ ਸੀ ਕੱਢੀ, ਇਸ ਕਰਕੇ ਸਾਡੀ ਡਿਮਾਂਡ 400 ਸੀ, ਅਸੀਂ ਡਿਮਾਂਡ ਤੋਂ ਉੱਪਰ ਨਹੀਂ ਜਾਂਦੇ ਤੇ ਸਾਡੀ ਡਿਮਾਂਡ 400 ਹੀ ਅੱਜ ਵੀ, ਪਰ ਸਾਡੀ ਕੋਸਟ ਆਫ ਪ੍ਰੋਡਕਸ਼ਨ ਜਿਹੜੀ ਆ ਉਹ 470 ਹੈ। ਸੋ ਉਹਦਾ ਕੋਈ ਜਵਾਬ ਨਹੀਂ ਦੇ ਸਕਦੇ ਜਿਹੜੇ ਐਕਸਪਰਟ ਹੈ, ਅਸੀਂ ਉਹਨਾਂ ਨੂੰ ਕਿਹਾ ਸੀ ਵੀ ਜੇ ਤੁਹਾਨੂੰ ਇਹਦੇ ਵਿੱਚ ਕੋਈ ਲੱਗਦਾ ਹੈ ਵੀ ਇਹਦੇ ਵਿੱਚ ਅਸੀਂ ਕੋਈ ਵੱਧ ਲਗਾਇਆ ਤੇ ਉਹ ਸਾਨੂੰ ਤੁਸੀਂ ਦੱਸੋ, ਇਸ ਕਰਕੇ ਉਹ ਕੋਈ ਜਵਾਬ ਨਹੀਂ ਦੇ ਸਕੇ ਵੀ ਇਹਦੇ ਵਿੱਚ ਕੋਸਟ ਆਫ ਪ੍ਰੋਡਕਸ਼ਨ ਦੇ ਵਿੱਚ ਜਿਹੜਾ ਅਸੀਂ 470 ਦੀ ਬਣਾ ਕੇ ਲਿਆ ਇਹਦੇ ਵਿੱਚ ਕੋਈ ਕਮੀ ਪੇਸ਼ੀ ਹੈਗੀ ਹੈ। ਸੋ ਇਸ ਕਰਕੇ ਉਹ ਤਾਂ ਕੇਵਲ ਅਸੀਂ ਕਲੀਅਰ ਕਰ ਦਿੱਤਾ, ਪਰ ਹੁਣ ਉਹਨਾਂ ਨੇ ਇਹ ਮੰਨ ਲਿਆ ਕਿ CM ਸਾਹਿਬ ਕੱਲ੍ਹ ਬਹਿਣਗੇ, 3 ਵਜੇ ਉਹਨਾਂ ਨਾਲ ਮੀਟਿੰਗ ਹੋਏਗੀ ਕੱਲ੍ਹ। ਸੋ ਉਹ ਜਿਹੜੀ ਕੱਲ੍ਹ ਦੀ ਮੀਟਿੰਗ ਹੈ ਉਹਦੇ ਵਿੱਚ ਜਿਹੜਾ ਰੇਟ ਹੈ ਉਹ ਕਹਿੰਦੇ ਆ ਵੀ ਉਹ CM ਸਾਹਿਬ ਅਨਾਊਂਸ ਕਰਨਗੇ। ਸੋ ਉਹਦੇ ਨਾਲ ਹੁਣ ਜਿਹੜੀ ਗੱਲ ਹੈ, ਸਾਨੂੰ ਇਹ ਲੱਗਦਾ ਹੈ ਕਿ ਜਿਹੜੀ ਅਸੀਂ ਆਪਣੀ ਗੱਲ ਰੱਖਣ ਦੇ ਵਿੱਚ ਕਾਮਯਾਬ ਹੋਏ ਹਾਂ, ਜਿਹੜੀ ਕੋਸਟ ਆਫ ਪ੍ਰੋਡਕਸ਼ਨ ਅਸੀਂ ਦੱਸਣ 'ਚ ਕਾਮਯਾਬ ਹੋਏ ਹਾਂ ਕਿ ਸਾਡੀ ਕੋਸਟ ਆਫ ਪ੍ਰੋਡਕਸ਼ਨ ਜਿਹੜੀ ਆ ਉਹ 470 ਰੁਪਏ ਪਰ ਕੁਇੰਟਲ ਹੈ, ਪਰ ਸਾਡੀ ਡਿਮਾਂਡ 400 ਦੀ ਹੈ, ਕਿਉਂਕਿ ਅਸੀਂ ਪਹਿਲਾਂ ਡਿਮਾਂਡ 400 ਦਿੱਤੀ ਹੋਈ ਹੈ, ਅਸੀਂ ਉਹ ਤੋਂ ਬਾਹਰ ਨਹੀਂ ਜਾਂਦੇ, ਸਾਡਾ ਉਹਦੇ ਨਾਲ ਲੈ ਕੇ ਕੋਈ ਫੈਸਲਾ ਜਿਹੜੀ ਸਰਕਾਰ ਕਰੇ। ਕੱਲ੍ਹ ਕਿਸਾਨਾਂ ਦਾ ਮੀਟਿੰਗ ਜਿਹੜਾ ਕੱਲ੍ਹ ਸਾਡਾ ਅਸੀਂ ਪੰਜਾਬ ਬਲੌਕ ਕਰਨ ਦਾ ਕਾਲ ਦਿੱਤੀ ਹੋਈ ਸੀ, ਉਹ ਕਾਲ ਨੂੰ ਅਸੀਂ ਅਜੇ ਪੋਸਟਪੋਨ ਕਰਦੇ ਹਾਂ ਅੱਗੇ, ਕੱਲ੍ਹ ਜਿਹੜੀ CM ਸਾਹਿਬ ਦੀ ਮੀਟਿੰਗ ਹੈ ਉਸ ਤੋਂ ਬਾਅਦ ਅਸੀਂ ਜਿਹੜਾ ਫੈਸਲਾ ਕਰਾਂਗੇ, ਜੇ ਤਾਂ ਸਾਡੀ ਮਰਜ਼ੀ ਦਾ ਰੇਟ ਅਨਾਊਂਸ ਕਰਦੀ ਹੈ ਗਵਰਨਮੈਂਟ ਫਿਰ ਜਿਹੜਾ ਅਸੀਂ ਧਰਨਾ ਨਹੀਂ ਲਾਵਾਂਗੇ, ਨਹੀਂ ਤਾਂ ਫਿਰ ਇਕੱਲੇ ਹੀ ਅਸੀਂ ਬੈਠ ਕੇ ਜਿਹੜੀ ਅਗਲੀ ਕਾਲ ਪੰਜਾਬ ਬੰਦ ਦੀ ਜਿਹੜਾ ਚੱਕਾ ਜਾਣ ਦੀ ਉਹ ਬਿਲਕੁਲ ਅਸੀਂ ਜਿਹੜੀ ਆ ਉਹ ਕਾਲ ਜਿਹੜੀ ਫਿਰ ਦੇ ਦੇਵਾਂਗੇ। ਕੱਲ੍ਹ ਤੁਸੀਂ ਜਾਓਗੇ ਚੰਡੀਗੜ੍ਹ ਫਿਰ ਤੁਹਾਡੇ ਬਿਲਕੁਲ, ਅਸੀਂ ਜਿਹੜੇ ਸਾਥੀ ਪਹਿਲਾਂ ਗਏ ਸਾਂ ਉਹਨੇ ਹੀ ਸਾਥੀ ਉਹਨਾਂ ਨੇ ਰਿਕਮੈਂਡ ਕੀਤੇ ਨੇ ਕਿ ਜਿੰਨੇ ਸਾਥੀ ਪਹਿਲਾਂ 12-13 ਗਏ ਸਨ ਉਹੀ ਸਾਥੀ ਆਉਣਗੇ, ਔਰ ਉਹ CM ਸਾਹਿਬ ਨਾਲ ਮੀਟਿੰਗ ਕਰਾਂਗੇ, ਔਰ ਅਗਰ ਉਹਨਾਂ ਦੇ ਨਾਲ ਰੇਟ ਦੀ ਕੋਈ ਗੱਲ ਤੈਅ ਹੋ ਜਾਂਦੀ ਹੈ ਤਾਂ ਠੀਕ ਹੈ,
जे नहीं रेट तय हुंदा तो फिर असीं उत्थे मीटिंग करके चंडीगढ़ जिहड़ी अगली कॉल है पंजाब बंद दी फिर उह देवांगे। कल 3 बजे का जिहड़ा समां तय होया सीएम साहब नाल मीटिंग का समां तय होया 3 बजे का समां तय होया और उस मीटिंग तो बाद असीं इह तय करांगे कि असीं पंजाब बंद करना नहीं करना। कल का जिहड़ा बंद सी उह हुण पोस्टपोन किया गया जिहड़ा धरना साडा इवें जारी रहेगा। जलंधर वाला धरना वह उन्ना चिर नहीं असीं हलावांगे जिन्ना चिर सरकार नाल कोई फैसला नहीं हो जाता। रेलवे ट्रैक भी बंद रहेगा और यह हाईवे भी बंद रहेगा। जदों सरकार नाल फैसला होएगा इनू फिर चक्कांगे पर जिहड़ी असीं इस तों अगलेरी कार्रवाई सी भई असीं पंजाब बंद की कॉल दित्ती होई सी चक्का जाम की वह कॉल नूं अजे पोस्टपोन किया। पर तुसीं एक गल मनाउण तां सही साबित हो गए कि जिहड़ा कॉस्ट जिहड़ी आ तुहाडी ज़्यादा आ उह जिहड़ा 350 आख रहे सी। बिल्कुल इस गल दे विच मैं तुहानूं दसना चाहांगा वाखूबी कि जिहड़े एक्सपर्ट ने एक्सपर्टां ने मन ली गल कि असीं कॉस्ट ऑफ प्रोडक्शन जिहड़ी कढ़दे आ उह जो हदायतां ने जिहड़ी केंद्र सरकार दीआं हदायतां ने जो सानूं जिहड़े खेतीबाड़ी माहर जिहड़े कहिंदे ने उन्हां मुताबक जदकि हुण खाद दा लेबर दा बड़ा अंतर है उह सारे अंतरां जिहड़े आ ਉਹ ਪੂਰੇ ਅਗਰ ਕਰਦੇ ਨੇ ਫਿਰ ਉਹਨਾਂ ਨੇ ਮੰਨਿਆ ਇੱਕ ਤਰ੍ਹਾਂ ਦਾ ਕਿ ਤੁਹਾਡੀ ਕੋਸਟ ਆਫ ਪ੍ਰੋਡਕਸ਼ਨ ਨੂੰ ਅਸੀਂ ਚੈਲੇਂਜ ਨਹੀਂ ਕਰਦੇ ਪਰ ਸਾਡੀ ਜਿਹੜੀ ਮਜਬੂਰੀ ਹੈ ਕਿ ਅਸੀਂ ਜੋ ਪਿਛਲੇ ਕਿਉਂਕਿ ਉਹਨਾਂ ਨੇ ਜਿਹੜੀਆਂ ਅੱਜ ਤੋਂ 15 ਸਾਲ ਪਹਿਲੀਆਂ 10 ਸਾਲ ਪਹਿਲੀਆਂ ਸਿਸਟਮ ਹੈ ਕਿ 25 ਕਿਲੋ DAP ਜਿਹੜੀ ਉਹ ਠੇਕਾ ਘੱਟ ਉਹ ਸਾਰੀਆਂ ਉਹੀ ਲਈ ਫਿਰਦੇ ਨੇ ਅੱਜ ਵੀ ਸੋ ਉਹਨਾਂ ਨੂੰ ਅਸੀਂ ਦੱਸਿਆ ਉਹਨਾਂ ਨੇ 2018 ਦੇ ਵਿੱਚ ਕੋਸਟ ਆਫ ਪ੍ਰੋਡਕਸ਼ਨ ਹੈ ਉਹ 343 ਰੁਪਏ ਸੀ ਅਤੇ ਹੁਣ ਤੱਕਰ ਜਿਹੜੀ ਆ ਕੋਸਟ ਆਫ ਪ੍ਰੋਡਕਸ਼ਨ ਹੈ ਉਹ 345 ਲੈ ਕੇ ਆਏ ਨੇ ਅੱਜ ਦੀ ਕੱਲ੍ਹ 350 ਸੀ ਅੱਜ 345 ਕਹਿਣ ਦਾ ਭਾਵ ਹੈ ਕਿ ਕੋਸਟ ਆਫ ਪ੍ਰੋਡਕਸ਼ਨ ਉਹਨਾਂ ਨੇ ਵਧਾਈ ਹੋਈ ਨਹੀਂ ਤਿੰਨਾਂ ਸਾਲਾਂ 'ਚ ਡੀਜ਼ਲ ਖਾਦ ਲੇਬਰ ਸਾਰਾ ਕੁਝ ਵੱਧ ਗਿਆ ਪਰ ਉਹ 18 ਵਾਲੇ ਲਈ ਫਿਰਦੇ ਨੇ ਸੋ ਇਸ ਕਰਕੇ ਉਹ ਉਹਨਾਂ ਦੀ ਕੋਸਟ ਆਫ ਪ੍ਰੋਡਕਸ਼ਨ ਜਿਹੜੀ ਸੀ ਉਹ ਕੋਈ ਠੋਸ ਜਵਾਬ ਨਹੀਂ ਦੇ ਸਕੇ ਕਿਉਂਕਿ ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਅੱਜ ਦੀ ਕੋਸਟ ਆਫ ਪ੍ਰੋਡਕਸ਼ਨ ਤੁਹਾਨੂੰ ਦੇ ਰਹੇ 470 ਰੁਪਏ ਆ ਫਿਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਠੀਕ ਹੈ ਜੀ ਤਾਂ ਮਨਜੀਤ ਸਿੰਘ ਰਾਏ ਥੋੜਾ ਦੇ ਨਾਲ ਗੱਲਬਾਤ ਕੀਤੀ ਚਲੋ ਅਸਲ ਦੇ ਵਿੱਚ ਜਿਹੜਾ ਸਾਡਾ ਧਰਨਾ ਹੈ ਜਲੰਧਰ ਚੱਲ ਰਿਹਾ ਕੀ ਗੱਲਬਾਤ ਹੋਈ? ਗੱਲਬਾਤ ਅੱਜ ਸਰਕਾਰ ਦੇ ਜੋ ਨੁਮਾਇੰਦੇ ਅਫਸਰ ਇੱਥੇ ਆਏ ਸੀ DC ਦਫ਼ਤਰ ਨਵਾਂਸ਼ਹਿਰ ਜਲੰਧਰ ਇੱਥੇ ਬੈਠ ਕੇ ਕਰੀਬ 2 ਤੋਂ 2.5 ਘੰਟੇ ਮੀਟਿੰਗ ਹੋਈ ਆ। ਅਫਸਰਾਂ ਨੂੰ ਅਸੀਂ ਆਪਣੇ ਦੱਸਣ ਵਿੱਚ ਕਾਮਯਾਬ ਹੋਏ ਹਾਂ ਜੋ ਕਿਸਾਨ ਆਗੂ ਕਿ ਸਾਡੀ ਜੋ ਖਰਚਾ ਆ ਉਹ ਕਰੀਬ 470 ਰੁਪਈਏ ਪਰ ਕੁਇੰਟਲ ਆਉਂਦਾ ਆ ਪਰ ਅਫਸਰਾਂ ਨੇ ਉਹੀ 345 ਅਤੇ 350 ਤੱਕ ਉਹਨਾਂ ਨੇ ਜੋ ਬਣਾ ਕੇ ਰੱਖੇ ਹੋ ਆ ਤਾਂ ਸਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹ ਕੇਂਦਰ ਸਰਕਾਰ ਦੀਆਂ ਨਲੈਕੀਆਂ ਔਰ ਪੰਜਾਬ ਸਰਕਾਰ ਦੀ ਘੁਰਕੀ ਆ ਜੋ ਅਫਸਰਾਂ 'ਤੇ ਉਹ ਵੱਧ ਵੱਲ ਨੂੰ ਨਹੀਂ ਜਾ ਰਹੇ ਪਰ ਉਹਨਾਂ ਨੇ ਹੁਣ CM ਸਾਹਿਬ ਨਾਲ ਇੱਥੇ ਮੀਟਿੰਗ ਕਰਨ ਦੀ ਫਿਕਸ ਜੋ ਕੱਲ੍ਹ ਦਾ ਐਲਾਨ ਕਰ ਦਿੱਤਾ ਆ ਭਈ ਕੱਲ੍ਹ ਨੂੰ 3 ਵਜੇ ਚੰਡੀਗੜ੍ਹ CM ਸਾਹਿਬ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਹੋਊਗੀ ਅਤੇ ਸਾਨੂੰ ਵੀ ਵਿਸ਼ਵਾਸ ਆ ਅਤੇ ਉਮੀਦ ਲੱਗਦੀ ਆ ਭਈ ਕੁਛ CM ਸਾਹਿਬ ਕੋਈ ਚੰਗਾ ਕੱਲ੍ਹ ਨੂੰ ਅਨਾਊਂਸ ਕਰਨਗੇ ਪਰ 470 ਰੁਪਈਏ ਸਾਡਾ ਜੋ ਖਰਚਾ ਆ ਰਿਹਾ ਉਹਨੂੰ ਕਿਉਂਕਿ ਹੁਣ ਅਸੀਂ 400 ਐਲਾਨ ਕਰ ਚੁੱਕੇ ਹਾਂ ਉਸ ਤੋਂ ਆਪਣੀ ਗੱਲ ਤੋਂ ਪਿੱਛੇ ਨਹੀਂ ਮੁੜ ਸਕਦੇ। ਦੇਖਦੇ ਹਾਂ ਕੱਲ੍ਹ ਨੂੰ CM ਸਾਹਿਬ ਕੀ ਫੈਸਲਾ ਲੈਂਦੇ ਆ ਔਰ ਕੀ ਨਿਰਣਾ ਲੈਂਦੇ ਆ। ਸਾਨੂੰ ਉਮੀਦ ਆ ਵੀ ਉਹ ਗੰਨਾ ਕਾਸ਼ਤਕਾਰਾਂ ਦੀ